ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਤਰ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਨੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਚ ਐਫਸੀਆਈ ਘੁਟਾਲੇ ਨੇ ਕੀਤਾ ਸਭ ਨੂੰ ਹੈਰਾਨ ਹਰ ਬੋਰੀ ਚੋਂ 3 ਕਿਲੋ ਕਣਕ ਕੱਢ ਪਾਣੀ ਨਾਲ ਗਿੱਲਾ ਕਰਕੇ ਪੂਰਾ ਕੀਤਾ ਜਾ ਰਿਹਾ ਸੀ ਭਾਰ ਦਿੱਲੀ ਸਣੇ ਪੰਜਾਬ ਚ ਠੰਡ ਦਾ ਕਹਿਰ ਤਾਪਮਨ ਚ 2 ਤੋਂ 3 ਡਿਗਰੀ ਦੀ ਗਿਰਾਵਟ ਜਾਣੋ ਸੱਤ ਦਿਨਾਂ ਦੇ ਮੌਸਮ ਦੀ ਅਪਡੇਟ ਆ ਰੋਜ਼ਾਨਾ 200 ਰੁਪਏ ਬਚਾ ਕੇ ਲੈ ਸਕਦੇ ਹੋ 50000 ਰੁਪਏ ਮਹੀਨਾ ਪੈਨਸ਼ਨ ਜਾਣੋ ਇਸ ਸਰਕਾਰੀ ਸਕੀਮ ਬਾਰੇ ਆਦਮਪੁਰ ਹਵਾਈ ਅੱਡੇ ਤੋਂ ਮੋਰ ਸ਼ੁਰੂ ਹੋਣਗੀਆਂ ਘਰੇਲੂ ਡਾਨਾ ਸੀਐਮਐਨ ਨੇ ਦਿੱਤੇ ਨਿਰਦੇਸ਼ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੁਲਿਸ ਪ੍ਰਸ਼ਾਸਨ ਤੇ ਚੁੱਕੇ ਸਵਾਲ ਕੀਤੇ ਸੀਐਮਐਨ ਨੂੰ ਸ਼ਿਕਾਇਤ ਆ ਬੀਏਸਨ ਦਾ ਇੰਟਰਨੈਟ ਹੁਣ ਹੋਰ ਵੀ ਸਸਤਾ ਕੰਪਨੀ ਨੇ ਕੱਢਿਆ ਜਬਰਦਸਤ ਪਲਾਨ ਰੇਲਵੇ ਦੀ ਜ਼ਮੀਨ 'ਤੇ ਕਬਜ਼ਾ ਹੋਣ ਤੋਂ ਬਾਅਦ ਚੋਕਸ ਹੋਇਆ ਵਿਭਾਗ ਹੁਣ ਆਨਲਾਈਨ ਮਿਲੇਗਾ ਰੇਲਵੇ ਦੀ ਜਾਇਦਾਦ ਦਾ ਦਰਵਾਹ ਇਹ ਇਸ ਦੇਸ਼ ਵਿੱਚ 400 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ਪਿਆਜ਼ ਮੀਂਹ ਨਾਲ ਤਿੰਨ ਗੁਣਾ ਜ਼ਿਆਦਾ ਕੀਮਤ ਆ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 104 ਨਵੇਂ ਮਾਮਲੇ ਆਏ ਸਾਹਮਣੇ ਬਜਟ ਤੋਂ ਬਾਅਦ ਹੋ ਜਾਵੇਗਾ ਸਰਕਾਰੀ ਕਰਮਚਾਰੀਆਂ ਦੇ ਤਨਖਾਚੇ ਵਾਅਦਾ ਜਾਣੋ ਕੀ ਹੈ ਖਬਰ ਐਸਬੀਆ ਦੇ ਕਰੋੜਾਂ ਗਾਕਾਰਾਂ ਨੂੰ ਝਟਕਾ ਬੈਂਕ ਨੇ ਮਹਿੰਗਾ ਕੀਤਾ ਕਰਜ਼ਾ ਹੋਮ ਆਟੋ ਲੋਨ ਲਈ ਭਰਨੀ ਪਊ ਵੱਧ ਈਐਮਆਈ ਤਾਂ ਦੋਸਤੋ ਇਸੇ ਨਹੀਂ ਆਪਣੀਆਂ ਅਸਮਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਆ ਜੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਪੰਜਾਬ ਚ ਐਫਐਸਆਈ ਘਟਾਲੇ ਨੇ ਕੀਤਾ ਸਭ ਨੂੰ ਹੈਰਾਨ ਹਰ ਬੋਰੀ ਚੋਂ 3 ਕਿਲੋ ਕਣਕ ਕੱਢ ਪਾਣੀ ਨਾਲ ਗਿੱਲਾ ਕਰਕੇ ਪੂਰਾ ਕੀਤਾ ਜਾ ਰਿਹਾ ਸੀ ਭਾਰ ਜੀਹਾਂ ਦੋਸਤੋ ਭਾਰਤੀ ਖੁਰਾਕ ਨਿਗਮ ਐਫਸੀਆਈ ਚ ਕੋਟਾਲੇ ਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ ਹੁਣ ਪੰਜਾਬ ਚ ਕੋਟਾਲੇ ਦੀ ਪੋਲ ਖੁੱਲੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹ ਕੋਟਾਲਾ ਵੇਖਣ ਨੂੰ ਛੋਟਾ ਲੱਗਦਾ ਸੀ ਪਰ ਸਰਕਾਰ ਨੂੰ ਕਰੋੜਾਂ ਦਾ ਰਗੜਾ ਲਾਇਆ ਜਾ ਰਿਹਾ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਨਾਜ ਚੋਰੀ ਕੀਤਾ ਗਿਆ ਫਿਰ ਇਸ ਵਿੱਚ ਮਿਲਾਵਟ ਕੀਤੀ ਗਈ ਤੇ ਘਟੀਆ ਗੁਣਵੱਤਾ ਦਾ ਅਨਾਜ ਬੱਚਿਆਂ ਨੂੰ ਮੇਡੇ ਮੀਲ ਸਕੀਮ ਤਹਿਤ ਸਪਲਾਈ ਕੀਤਾ ਗਿਆ ਤੇ ਚੰਗੇ ਗੁਣਵੱਤਾ ਵਾਲੇ ਕਣਕ ਤੇ ਚੌਲ ਬਾਹਰ ਬਾਜ਼ਾਰ ਵਿੱਚ ਵੇਚੇ ਗਏ ਅਹਿਮ ਗੱਲ ਹੈ ਕਿ ਸਾਬ ਬੇहद ਪਲਾਨਿੰਗ ਨਾਲ ਹੋ ਰਿਹਾ ਸੀ ਸੂਤਰਾ ਮੁਤਾਬਕ ਅਦਕਾਇਦੇ ਸਟਾਫ ਯਾਕਲੋ ਦੇ ਬੋਰੇ ਚੋਂ 3 ਕਿਲੋ ਕਣਕ ਕੱਢ ਲੈਂਦੇ ਸਨ ਵਜ਼ਨ ਘਟਣ ਤੇ ਬੋਰੀਆਂ ਤੇ ਪਾਣੀ ਪਾ ਦਿੱਤਾ ਜਾਂਦਾ ਸੀ ਜਿਸ ਨਾਲ ਇਹ ਭਾਰੇ ਹੋ ਜਾਂਦੇ ਸਨ ਚੋਰੀ ਕੀਤੀ ਕਣਕ ਨੂੰ ਮਗਰੋਂ ਬਾਜ਼ਾਰ ਵਿੱਚ ਵੇਚਿਆ ਜਾਂਦਾ ਸੀ ਜਿਵੇਂ FCI ਚੌਲ ਖਰੀਦ ਕੇ ਮਿਲ ਮਾਲਕਾਂ ਨੂੰ ਵੀ ਦਿੰਦੀ ਹੈ ਜੋ ਚੌਲਾਂ ਨੂੰ ਛਿੱਲ ਤੋਂ ਵੱਖ ਕਰਦੇ ਨੇ ਦਿੱਲੀ ਸਣੇ ਪੰਜਾਬ ਤੇ ਠੰਡ ਦਾ ਕਹਿਰ ਤਾਪਮਾਨ ਚੋਦੋ ਤਾਪਮਨ ਚਤਨ 2 ਤੋਂ 3 ਡਿਗਰੀ ਦੀ ਗਿਰਾਵਟ ਜਾਣੋ 7 ਦਿਨਾਂ ਦੇ ਮੌਸਮ ਦੀ ਅਪਡੇਟ ਜੀहां ਦੋਸਤੋ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਬਰਫਬਾਰਿ ਹੋ ਰਹੀ ਹੈ ਜਿਸ ਦਾ ਅਸਰ ਦਿੱਲੀ ਐਨਸੀਆਰ ਦਿੱਲੀ ਵਿੱਚ ਹੈ ਤਾਪਮਨ ਵਿੱਚ 2-3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਇਸ ਦੇ ਨਾਲ ਹੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ आईएमडी ਨੇ ਅੱਜ ਤੇ ਵੱਡਾ ਅਲਰਟ ਜਾਰੀ ਕੀਤਾ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਦਾ ਘੱਟੋ ਘੱਟ ਤਾਪਮਨ 7 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਨ 17 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ ਗੱਲ ਕਰੀਏ ਦਿੱਲੀ ਦੇ ਮੌਸਮ ਦੀ ਤਾਂ ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਆਯਾਨ ਨਗਰ ਅਤੇ ਰਿਜ ਚ ਘੱਟੋ ਘੱਟ ਤਾਪਮਨ 10 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਵੱਧ ਤੋਂ ਵੱਧ ਤਾਪਮਨ 17-18 ਡਿਗਰੀ ਸੈਲਸੀਅਸ ਤੱਕ ਦੇਖਿਆ ਜਾ ਸਕਦਾ ਹੈ ਤੇ 16 ਜਰਮੀ ਨੂੰ ਉਸ ਤੋਂ ਘੱਟੋ ਘੱਟ ਤਾਪਮਨ 5 ਡਿਗਰੀ ਤੇ ਵੱਧ ਤੋਂ ਵੱਧ 17 ਡਿਗਰੀ ਸੈਲਸੀ ਕਟੋਕਟ ਤਾਪਮਨ 4 ਡਿਗਰੀ ਤੇ ਵੱਧ ਵਰ 17 ਡਿਗਰੀ ਸੈਲਸੀਅਸ ਹੋ ਸਕਦਾ ਹੈ ਅਗਲੇ 3 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਕੁਝ ਕਈ ਹਿੱਸਿਆਂ ਵਿੱਚ ਕਟੋਕਟ ਤਾਪਮਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦੀ ਗਰਾਉਟ ਆਉਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਤੇ ਅਗਲੇ 3 ਦਿਨਾਂ ਚ ਮੱਧ ਪ੍ਰਦੇਸ਼ ਵਿੱਚ ਕਟੋਕਟ ਤਾਪਮਨ 3 ਤੋਂ 5 ਡਿਗਰੀ ਸੈਲਸੀਅਸ ਹੇਠਾਂ ਰਹਿ ਸਕਦਾ ਹੈ ਰੋਜ਼ਾਨਾ 200 ਰੁਪਏ ਬਚਾ ਕੇ ਲੈ ਸਕਦੇ ਹੋ 50000 ਰੁਪਏ ਮਹੀਨਾ ਪੈਨਸ਼ਨ ਜਾਨੋ ਸਰਕਾਰੀ ਸਕੀਮ ਬਾਰੇ ਨੌਕਰੀ ਕਰਨ ਵਾਲੇ ਮੁਲਾਜ਼ਮ ਆਪਣੇ ਭਵਿੱਖ ਨੂੰ ਆਰਥਿਕ ਰੂਪ ਤੋਂ ਸੁਰੱਖਿਅਤ ਕਰਨ ਦੇ ਲਈ ਤਰ੍ਹਾਂ ਦੇ ਨਿਵੇਸ਼ ਕਰਦੇ ਨੇ ਇਹ ਕਈ ਸਕੀਮਾਂ ਨਾਲ ਮੁਲਾਜ਼ਮਾਂ ਵੱਲੋਂ ਆਰਥਿਕ ਪੱਖ ਮਜ਼ਬੂਤ ਕਰਨ ਲਈ ਨਿਵੇਸ਼ ਕੀਤਾ ਜਾਂਦਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਬੁਢਾਪੇ ਵਿੱਚ ਉਸ ਨੂੰ ਆਰਥਿਕ ਪੱਖੋਂ ਕਿਸੇ ਉਤੇ ਨਿਰਭਰ ਨਾ ਹੋਣਾ ਪਵੇ ਇਸ ਦੇ ਲਈ ਆਪਣੀ ਮਿਹਨਤਾਂ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਉਹਨਾਂ ਵੱਲੋਂ ਸੇਵ ਕੀਤਾ ਜਾਂਦਾ ਸਰਕਾਰ ਵੀ ਹੁਣ ਕਈ ਤਰ੍ਹਾਂ ਦੀ ਸਕੀਮ ਚਲਾਉਂਦੀ ਹੈ ਜਿਸ ਨਾਲ ਵਧੀਆ ਫੰਡ ਜਮ੍ਹਾਂ ਕੀਤਾ ਜਾ ਸਕਦਾ ਇਸ ਬਾਰੇ ਸਾਨੂੰ ਦੱਸ ਦਿੰਨੇ ਆ ਨੌਕਰੀ ਪੇਸ਼ਾ ਮੁਲਾਜ਼ਮਾਂ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਫਾਇਦੇਮੰਦ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿੰਨਾਂ ਵਿੱਚ ਰਾਸ਼ਟਰੀ ਪੈਨਸ਼ਨ ਸਿਸਟਮ ਮੁੱਖ ਹੈ ਇਸ ਰਾਹੀਂ ਮੁਲਾਜ਼ਮ ਲੰਮੇ ਸਮੇਂ ਤੱਕ ਵਧੀਆ ਫੰਡ ਜਮ੍ਹਾਂ ਕਰਕੇ ਆਪਣੇ ਆਪ ਨੂੰ ਆਪਣੇ ਭਵਿੱਖ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾ ਸਕਦਾ ਹੈ ਇਸ ਐਨਪੀਐਸ ਸਕੀਮ ਰਿਟਾਇਰਮੈਂਟ ਫੰਡ ਬਣਾਉਣ ਲਈ ਸਭ ਤੋਂ ਵੱਧ ਪ੍ਰਸਿੱਧ ਨਿਵੇਸ਼ ਕੀਮਾਂ 'ਚੋਂ ਇੱਕ ਹੈ ਰਾਸ਼ਟਰੀ ਪੈਨਸ਼ਨ ਸਿਸਟਮ ਨੂੰ ਲੰਮੇ ਸਮੇਂ ਤੱਕ ਨਿਵੇਸ਼ ਮਨਿਆ ਜਾਂਦੇ ਸਕੀਮਾਂ ਚ ਨੌਕਰੀ ਦੌਰਾਨ ਪੈਸੇ ਜਮ੍ਹਾਂ ਕੀਤੇ ਜਾਂਦੇ ਨੇ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਪੈਨਸ਼ਨ ਦੇ ਰੂਪ ਵਿੱਚ ਮਿਲਦੇ ਰਹਿੰਦੇ ਨੇ ਇਹ ਜਿਹੜੀ ਪੈਨਸ਼ਨ ਹੈ 50000 ਰੁਪਏ ਤੱਕ ਦੀ ਹੋ ਸਕਦੀ ਹੈ ਆਦਮپور ਹਵਾਈ ਅੜੇ ਤੋਂ ਮਾਰਕ ਸ਼ੁਰੂ ਹੋਣਗੀਆਂ ਘਰੇਲੂ ਡਾਣਾ ਸੀਐਮਏ ਨੇ ਦਿੱਤੇ ਨਿਰਦੇਸ਼ ਆ ਜਿਲੰਦਰ ਦੇ ਆਦਮਪੁਰ ਹਵਾਈ ਅਡੇ ਤੋਂ ਜਲਦੀ ਹੀ ਕਰੇਲੂ ਡਾਨਾ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰੀਆਂ ਨੂੰ ਆਉਂਦੇ ਮੱਤ ਜਨਤਕ ਐਸਾ ਹਵਾਈ ਅਡੇ ਤੋਂ ਕਰੇਲੂ ਡਾਨਾ ਮੁੜ ਸ਼ੁਰੂ ਕਰਨ ਦੀ ਯਕੀਨੀ ਬਣਾਉਣ ਲਈ ਆਖਿਆ ਅੱਜ ਇੱਥੇ ਸ਼ਹਿਰੀ ਹਵਾਬਾੜੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਹਵਾਈ ਅਡੇ ਤੋਂ ਉਡਾਨਾਂ ਬੰਦ ਹੋਣ ਨਾਲ ਖੇਤ ਦੇ ਲੋਕ ਖਾਸ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਲਦੀ ਹੀ ਆਦਮਪੁਰ ਹਵਾਈ ਅਡੇ ਤੋਂ ਡਾਨਾ ਫਿਰ ਸ਼ੁਰੂ ਕੀਤੀਆਂ ਜਾਣਗੀਆਂ ਵਿਦਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੁਲਿਸ ਪ੍ਰਸ਼ਾਸਨ ਤੇ ਚੁੱਕੇ ਸਵਾਲ ਕੀਤੇ ਸੀ ਐਮ ਨੂੰ ਸ਼ਿਕਾਇਤ ਹਲਕਾ ਪਾਇਲ ਤੋਂ ਵਿਦਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲੈ ਕੇ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਖਿਲਾਫ ਸ਼ਿਕਾਇਤ ਕੀਤੀ ਹੈ ਉਨਾ ਕਿਹਾ ਕਿ ਹਲਕੇ 'ਚ ਸਕ੍ਰੈਪ ਨਸ਼ੇ ਅਤੇ ਚਾਇਨਾ ਡੋਰ ਦਾ ਕਾਰੋਬਾਰ ਪੁਲਿਸ ਦੀ ਸ਼ਾਇਦ ệ ਢੱਲੇ ਨਾਲ ਚੱਲਦਾ ਹੈ ਜਿਸ ਕਾਰਨ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਵਿਧਾਇਕ ਬਣਵਿੰਦਰ ਸਿੰਘ ਗਿਆਸਪੁਰਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਹਨਾਂ ਦੇ ਵਿਧਾਨ ਸਭਾ ਹਲਕਾ ਪਾਇਲ 'ਚ ਸਕ੍ਰੈਪ ਨਸ਼ੇ ਅਤੇ ਚਾਇਨਾ ਡੋਰ ਦਾ ਕੰਮ ਪੁਲਿਸ ਦੀ ਸ਼ਾਇਦ ệ ਢੱਲੇ ਨਾਲ ਚੱਲਦਾ ਹੈ ਇਸ ਸਬੰਧੀ ਉਸ ਵੱਲੋਂ ਕਈ ਵਾਰ ਐਸਪੀ ਖੰਨਾ ਅਤੇ ਪੁਲਿਸ ਵਿਭਾਗ ਦੇ ਬਾਕੀ ਸਬੰਧ ਅਫਸਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਪਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਐਸਐਚਓ ਦੋਰਾਹਾ ਵੱਲੋਂ 50000 ਰੁਪਏ ਰਿਸ਼ਵਤ ਲੈਣ ਦੇ ਸਬੂਤ ਵੀ ਦਿੱ BSNL ਦਾ ਇੰਟਰਨੈਟ ਹੁਣ ਹੋਰ ਵੀ ਸਸਤਾ ਕੰਪਨੀ ਨੇ ਕੱਢਿਆ ਹੈ ਜਬਰਦਸਤ ਪਲਾਨ ਦੋਸਤੋ ਜੇਕਰ ਤੁਸੀਂ BSNL ਇੰਟਰਨੈਟ ਲਗਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਵਧੀਆ ਮੌਕਾ ਹੈ ਹੁਣ ਤੁਹਾਨੂੰ ਇੰਟਰਨੈਟ ਲਗਾਉਣ ਲਈ ਜ਼ਿਆਦਾ ਪੈਸੇ ਨਹੀਂ ਖਰਚਨੇ ਪੈਣਗੇ ਜੇਕਰ ਤੁਸੀਂ ਨਵਾਂ ਕਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਖਰਚਨੇ ਪੈਣਗੇ ਜਦੋਂ ਕਿ ਇਸ ਤੋਂ ਪਹਿਲਾਂ ਇੰਸਟਾਲੇਸ਼ਨ ਚਾਰਜ ਲਈ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਪਰ ਹੁਣ ਇਹ ਚਾਰਜ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕੰਪਨੀ ਦਾ ਇਸ ਨੂੰ ਮਾਫ਼ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਵਾਤਵਾਤ ਲੋਕ ਇਸ ਨਾਲ ਜੁੜ ਨਸ ਜਲਾਈ ਇਹ ਬਦਲਾ ਕੀਤਾ ਜਾ ਰਿਹਾ ਹੈ ਆਫਰ 31 ਮਾਰਚ ਤੱਕ ਵੈਲਿਡ ਰਹੇਗਾ ਇਸ ਤੋਂ ਪਹਿਲਾਂ ਯੂਜ਼ਰ ਨੂੰ ਫਾਈਬਰ ਕਨੈਕਸ਼ਨ ਲਈ 500 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਕਾਪਰ ਕਨੈਕਸ਼ਨ ਲਈ 250 ਰੁਪਏ ਤੱਕ ਦੇਣੇ ਪੈਣਗੇ ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋ ਰਿਹਾ ਕਿ ਕੰਪਨੀ ਜਿਹੜਾ ਆਫਰ ਲੈ ਕੇ ਆਈ ਹੈ ਜਿਸ ਵਿੱਚ ਇੰਸਟਾਲੇਸ਼ਨ ਚਾਰਜ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ ਹੈ ਰੇਲਵੇ ਦੀ ਜ਼ਮੀਨ ਤੇ ਕਬਜ਼ਾ ਹੋਣ ਤੋਂ ਬਾਅਦ ਚੌਕਸ ਹੋਇਆ ਵਿਭਾਗ ਹੁਣ ਆਨਲਾਈਨ ਮਿਲੇਗਾ ਰੇਲਵੇ ਦੀ ਜਾਇਦਾਦ ਦਾ ਵੇਰਵਾ ਉਤਰਾਖੰਡ ਦੇ ਹਲਦਵਾਨੀ ਤੇ ਰੇਲਵੇ ਦੀ ਜ਼ਮੀਨ ਤੇ ਕਬਜ਼ਾ ਹੋਣ ਤੋਂ ਬਾਅਦ ਰੇਲ ਪ੍ਰਸ਼ਾਸਨ ਚੌਕਸ ਹੋ ਗਿਆ ਰੇਲਵੇ ਆਪਣੀ ਜਾਇਦਾਦ ਦੀ ਆਨਲਾਈਨ ਮੈਪਿੰਗ ਕਰਵਾ ਰਿਹਾ ਹੈ ਜਿਸ ਤੋਂ ਬਾਅਦ ਅਧਿਕਾਰੀ ਸਿੱਧੇ ਜਾਇਦਾਦ ਤੇ ਨਜ਼ਰ ਰੱਖ ਸਕਣਗੇ ਦੇਸ਼ ਭਰ ਚ ਰੇਲਵੇ ਦੀ ਜ਼ਮੀਨ ਤੇ ਕਬਜ਼ੇ ਦੀ ਵੱਡੀ ਸਮੱਸਿਆ ਹੈ ਕਈ ਸਥਾਨਾਂ ਤੇ ਕਬਜ਼ਾ ਕਰਨ ਵਾਲੇ ਅਦਾਲਤ ਦੀ ਸ਼ਰਨ ਵਿੱਚ ਚਲੇ ਗਏ ਅਤੇ ਰੇਲਵੇ ਕਬਜ਼ਾ ਨਹੀਂ ਹਟਾ ਪਾ ਰਿਹਾ ਲੀਸ ਦੇ ਦਿੱਤੀ ਗਈ ਜ਼ਮੀਨ ਵੀ ਖਾਲੀ ਨਹੀਂ ਹੋ ਪਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਉੱਤਰ ਰੇਲਵੇ ਮੁੱਖ ਦਾ ਨੇ ਮੁਰਦਾਬਾ ਮੁਰਦਾਬਾਦ ਰੇਲ ਮੰਡਲ ਦੀ ਜ਼ਮੀਨ ਤੇ ਭਵਨ ਦੀ ਮੈਪਿੰਗ ਕਰਨ ਦਾ ਕੰਮ ਦੋ ਪ੍ਰਾਈਵੇਟ ਏਜੰਸੀਆਂ ਨੂੰ ਸੌਪਿਆ ਜਿਸ ਤੋਂ ਬਾਅਦ ਰੇਲਵੇ ਦੀ ਸਾਈਟ ਤੇ ਜ਼ਮੀਨ ਬਾਰੇ ਸਾਰੀਆਂ ਸੂਚਨਾਵਾਂ ਹੋਣ ਗਈਆਂ ਭੂ ਮਾਫੀਆ ਰੇਲਵੇ ਦੀ ਜ਼ਮੀਨ ਦਾ ਫਰਜ਼ੀ ਕਾਗਜ਼ ਬਣਾ ਕੇ ਨਹੀਂ ਵੇਚ ਸਕਣਗੇ ਅਹ ਦੇਸ਼ ਵਿੱਚ 800 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ਪਿਆਜ਼ ਮੀਟ ਨਾਲੋਂ 3 ਗੁਣਾ ਜ਼ਿਆਦਾ ਕੀਮਤ ਆ ਫਿਲੀਪੀਨਿਜ਼ ਵਿੱਚ ਪਿਆਜ਼ ਬਹੁਤ ਮਹਿੰਗਾ ਹੋ ਗਿਆ ਪਿਆਜ਼ ਦੀ ਕੀਮਤ ਮੀਟ ਨਾਲੋਂ 3 ਗੁਣਾ ਅਤੇ ਬੀਫ ਨਾਲੋਂ ਲਗਭਗ 25% ਵਾਧਾ ਹੈ ਫਿਲੀਪੀਨਿਜ਼ ਆ ਸਰਕਾਰ ਪਿਆਜ਼ ਨਾਲ ਪਿਆਜ਼ ਦੀਆਂ ਅਸਮਾਨ ਸ਼ੂਨੀਆਂ ਕੀਮਤਾਂ ਤੋਂ ਚਿੰਤਿਤ ਹੈ ਪਿਆਜ਼ ਫਿਲੀਪੀਨਿਜ਼ ਵਿੱਚ ਇੱਕ ਮੁੱਖ ਭੋਜਨ ਪਦਾਰਥ ਹੈ ਫਿਲੀਪੀਨਿਜ਼ ਵਿੱਚ 1 ਕਿਲੋ ਲਾਲ ਅਤੇ ਚਿੱਟੇ ਪਿਆਜ਼ ਦੀ ਕੀਮਤ 600 ਪੈਸੋ ਦੇ ਬਰਾਬਰ ਹੈ ਜੋ ਕਿ ਭਾਰਤ ਦੇ ਹਿਸਾਬ ਨਾਲ ਲਗਭਗ 850 ਰੁਪਏ ਹੈ ਯਾਨੀ ਭਾਰਤ ਦੇ ਹਿਸਾਬ ਨਾਲ 1 ਕਿਲੋ ਪਿਆਜ਼ 850 ਰੁਪਏ ਵਿੱਚ ਵਿਕ ਰਿਹਾ ਹੈ ਤੇ ਇਸ ਕਿਸਮ ਦੀ ਜਾਣਕਾਰੀ ਮਨੀਲਾ ਦੇ ਖੇਤੀਬਾੜੀ ਭਾਗ ਵੱਲੋਂ ਮੰਡੀ ਵਿੱਚ ਕੀਤੇ ਗਏ ਸਰਵੇਖਣ ਅਨੁਸਾਰ ਦਿੱਤੀ ਗਈ ਫਿਲੀਪੀਨਸ ਵਿੱਚ ਪਿਆਜ਼ ਦੀ ਕੀਮਤ ਉੱਥੇ ਪੂਰੇ ਦਿਨ ਦੀ ਕਮਾਈ ਦੇ ਬਰਾਬਰ ਹੈ ਫਿਲੀਪੀਨਸ ਵਿੱਚ ਪਿਆਜ਼ ਨੂੰ ਮੁੱਖ ਭੋਜਨ ਵਜੋਂ ਖਾਧਾ ਜਾਂਦਾ ਹੈ ਫਿਲੀਪੀਨਸ ਵਿੱਚ ਇੱਕ ਮਹੀਨੇ ਦੌਰਾਨ 1700 ਮੈਟ੍ਰਿਕ ਟਨ ਪਿਆਜ਼ ਦੀ ਖਪਤ ਹੁੰਦੀ ਹੈ ਪਿਛਲੇ 24 ਘੰਟਿਆਂ ਚ ਕਰੋਨਾ ਦੇ 1049 ਮਾਮਲੇ ਸਾਹਮਣੇ ਜੀਹਾਂ ਦੋਸਤੋ ਪਾਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1049 ਮਾਮਲੇ ਸਾਹਮਣੇ ਆਏ ਨੇ ਜਦਕਿ ਲਾਜ਼ਮੀ ਨਮਰੀਜਾਂ ਦੀ ਗਿਣਤੀ ਘਟ ਕੇ 2149 ਹੋ ਗਈ ਹੈ ਐਤਵਾਰ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਦੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਸਕਰਮਿਤ ਦੀ ਗਿਣਤੀ 4.46 ਕਰੋੜ ਦਰਜ ਕੀਤੀ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 5,30,726 ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਕੁੱਲ ਸਕਰਮੇਟਾਂ ਦਾ 0.01% ਹੈ ਜਦੋਂ ਕਿ ਕੋਵਿਡ-19 ਦੀ ਰਿਕਵਰੀ ਦਰ ਵਧ ਕੇ 98.80% ਹੋ ਗਈ ਹੈ। ਬਜਟ ਤੋਂ ਬਾਅਦ ਹੋ ਜਾਵੇਗਾ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਜਾਣੋ ਕੀ ਹੈ ਖਾਸ ਖਬਰ ਆਉਣ ਵਾਲੀ 1 ਫਰਵਰੀ 2023 ਨੂੰ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਦੇ ਸਾਹਮਣੇ ਦੇਸ਼ ਦੀ ਆਮ ਜਨਤਾ ਵਿੱਤੀ ਸੰਸਥਾਵਾਂ ਕਰਮਚਾਰੀਆਂ ਤੇ ਘਰੇਲੂ ਔਰਤਾਂ ਤੇ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗ ਨਾਗਰਿਕਾਂ ਤੱਕ ਦੀਆਂ ਉਮੀਦਾਂ ਤੇ ਇੱਛਾਵਾਂ ਦਾ ਬੋਝ ਹੋਵੇਗਾ ਵਿੱਤ ਮੰਤਰੀ ਟੈਕਸ ਦੇ ਮੋਰਚੇ ਤੇ ਜਨਤਾ ਨੂੰ ਕਿੰਨੀ ਰਾਹਤ ਦੇਣ ਚ ਕਾਮਯਾਬ ਹੁੰਦੇ ਨੇ ਇਹ ਤਾਂ ਬਜਟ ਵਾਲੇ ਦਿਨ ਹੀ ਪਤਾ ਲੱਗੇਗਾ ਪਰ ਸਰਕਾਰੀ ਮੁਲਾਜ਼ਮਾਂ ਲਈ ਅਜਿਹੀ ਖਬਰ ਆਈ ਹੈ ਜੇਕਰ ਇਹ ਸੱਚ ਨਿਕਲੀ ਤਾਂ ਇਸ ਵਾਰ ਉਹਨਾਂ ਦੀ ਖੁਸ਼ੀ ਬਹੁਤ ਖੁਸ਼ੀ ਵਾਲੀ ਹੋਵੇਗੀ ਜਿਸ ਵਿੱਚ ਚੱਲ ਰਹੀਆਂ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਇਹ ਉਮੀਦ ਤਾਂ ਕਾਫੀ ਮਜ਼ਬੂਤ ਹੋ ਗਈ ਹੈ ਕਿ ਸਰਕਾਰ ਇਸਾ ਬਜਟ ਵਿੱਚ ਕੇਂਦਰੀ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ ਨੂੰ ਬਦਲ ਕੇ ਇਸ ਵਿੱਚ ਵਾਅਦਾ ਕਰ ਸਕਦੀ ਹੈ ਜੇਕਰ ਅਜਿਹਾ ਹੁੰਦਾ ਤਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ 8000 ਰੁਪਏ ਦਾ ਸਿੱਧਾ ਵਾਅਦਾ ਹੋਵੇਗਾ SBI ਦੇ ਕਰੋੜਾਂ ਗਾਕਾ ਨੂੰ ਝਟਕਾ ਬੈਂਕ ਨੇ ਮਹਿੰਗਾ ਕੀਤਾ ਕਰਜ਼ਾ ਹੋਮ ਆਟੋ ਲੋਨ ਲਈ ਭਰਨੀ ਪੂ ਵੱਧ EMI ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਪਾਰਟ ਸਟੇਟ ਬੈਂਕ SBI ਨੇ ਆਪਣੇ ਕਰੋੜਾਂ ਗਾਕਾ ਨੂੰ ਵੱਡਾ ਝਟਕਾ ਦਿੱਤਾ ਬੈਂਕ ਨੇ ਆਪਣੇ 1 ਸਾਲ ਦੀ ਮਿਆਦ ਦੇ ਕਰਜ਼ੇ ਤੇ ਮਰਜ਼ੀ ਨਾਲ ਕੋਸਟ ਬੇਸਟ ਲੈਂਡਿੰਗ ਰੇਟ ਯਾਨੀ MCLR ਵਧਾਉਣ ਦਾ ਫੈਸਲਾ ਕੀਤਾ ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ ਬੈਂਕ ਦੀਆਂ ਨਵੀਆਂ ਤਰ੍ਹਾਂ 15 ਜਨਵਰੀ 2022 ਤੋਂ ਲਾਗੂ ਹੋ ਗਈਆਂ ਨੇ ਦੱਸਦੀ ਕਿ ਰੈਗੂਲੇਟ ਵਧਾਉਣ ਤੋਂ ਬਾਅਦ ਕਈ ਬੈਂਕਾਂ ਨੇ MCLR ਵਧਾ ਦਿੱਤਾ ਹੈ SBI ਦੀ ਅਧਿਕਤ ویب سائٹ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਬੈਂਕ ਨੇ ਆਪਣੇ 1 ਸਾਲ ਦੇ MCLR ਵਿੱਚ 10 ਬੇਸ ਪੁਆਇੰਟ ਦਾ ਵਾਅਦਾ ਕੀਤਾ ਹੈ MCLR ਵਿੱਚ ਵਾਅਦਾ ਸਿਰਫ 1 ਸਾਲ ਦੀ ਮਿਆਦ ਲਈ ਕੀਤਾ ਗਿਆ ਤੇ 1 ਸਾਲ ਦਾ MCLR ਵਧ ਕੇ 8.40% ਹੋ ਗਿਆ ਰਾਤੋਂ ਰਾਤ MCLR 7.85% ਤੇ ਰਹਿੰਦਾ ਹੈ ਹੋਰ 3 ਮਹੀਨੇ ਉਹਨਾਂ ਦਾ MCLR 8% 6 ਮਹੀਨੇ ਦਾ MCLR 8.30% 2 ਸਾਲ ਦਾ MCLR 8.50% ਤੇ 3% 3 ਸਾਲ ਐਮਸੀਐਲਆਰ ਦਾ 8.60% ਤੇ ਰਹਿੰਦਾ ਹੈ ਤਾਂ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸ ਲਈ ਆਪਣੀ ਖਬਰਾਂ ਨੂੰ ਵਰਤਵਧਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ